ਲਵ ਯੂ ਟੂ ਜੀ ਮੈਡਮ ਪੂਰੇ ਟਾਈਮ ਸਿਰ ਆਏ ਨੇ, ਮਤਲਬ ਅੱਜ ਬਾਹਰੋਂ ਨਹੀਂ ਆਏ, ਅੱਜ ਮੈਨੂੰ ਅੰਦਰੋਂ ਹੀ ਮਿਲ ਗਏ ਨੇ। ਇਹ ਅੱਛੀ ਗੱਲ ਬੇਟਾ, ਦੇਖ ਜੇ ਤੂੰ ਵਾਕਈ ਇਸੇ ਤਰ੍ਹਾਂ ਟਾਈਮ 'ਤੇ ਆਉਂਦੀ ਰਹੀ ਨਾ ਤੇ ਇਹ ਤੇਰੀ ਨੌਕਰੀ ਇੱਥੇ ਪੱਕੀ ਹੋ ਸਕਦੀ ਹੈ। ਹਾਏ ਸਰ, ਮੈਂ ਰੋਜ਼ ਟਾਈਮ 'ਤੇ ਆਉਂਦੀ ਹਾਂ, ਤੁਸੀਂ ਲੇਟ ਹੁੰਦੇ ਹੋ। ਬਹੁਤ ਅੱਛੇ, ਤੂੰ ਕਿਹੜੇ ਹਿਸਾਬ ਨਾਲ ਟਾਈਮ 'ਤੇ ਆਉਂਦੀ? ਸਰ ਮੈਂ ਤੁਹਾਨੂੰ ਛੱਡੋ ਮੇਰੀ ਗੱਲਾਂ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀਗੀ ਸਰ। ਸਰ ਪਤਾ ਕੀ ਹੈ, ਅੱਜ ਨਾ ਜਿਹੜੇ ਸਾਡੇ ਮਹੱਲੇ ਰਾਜੂ ਹੈ ਨਾ, ਤੁਹਾਡੇ ਮਹੱਲੇ ਜਿਹੜਾ ਰਾਜੂ, ਹਾਂਜੀ, ਪਤਾ ਕੀ ਹੋਇਆ, ਰਾਜੀ ਹੈ ਕਿਸੇ ਨੂੰ? ਨਹੀਂ ਨਹੀਂ, ਗਲਤ ਸੁਣੋ। ਅੱਛਾ, ਓਏ ਰਾਜੂ ਪਿਆਰ ਨਾ ਕਰੀਓ ਦਿਲ ਟੁੱਟ ਜਾਤਾ ਹੈ। ਬਸ ਉਹਦੇ ਦਿਲ ਨਹੀਂ ਟੁੱਟਦਾ। ਅੱਛਾ, ਪਤਾ ਕੀ ਹੋਇਆ, ਉਹਨੇ ਮੇਰੇ ਪਿੱਛੇ ਪਿੱਛੇ ਆਉਂਦਾ ਪਿਆ ਸੀ, ਮੈਂ ਉਹਨੂੰ ਪੁੱਛਿਆ, ਉੱਚੀ ਉੱਚੀ ਬੋਲੇਂਗੀ, ਤੇਰੇ ਸਪੀਕਰ ਦੀ ਆਵਾਜ਼ ਘੱਟ ਹੈ, ਥੋੜੀ ਜਿਹੀ ਹੈਗੀ ਹੈ। ਹਾਂ ਚੱਲ, ਅੱਛਾ ਫਿਰ ਕੀ ਹੋਇਆ? ਉਹ ਮੇਰੇ ਪਿੱਛੇ ਪਿੱਛੇ ਆ ਰਿਹਾ ਸੀ ਤੇ ਨਾ ਮੈਂ ਉਹਨੂੰ ਕਿਹਾ, ਉਹ ਮੈਨੂੰ ਕਹਿੰਦਾ ਐਕਸਕਿਊਜ਼ ਮੀ, ਤੇ ਮੈਂ ਕਿਹਾ ਹਾਏ ਬਦਮਾਸ਼, ਮੈਂ ਕਿਹਾ ਚੱਕ ਚਾਹ ਨਾ ਅੰਡੇ। ਕੀ ਕਿਹਾ ਤੂੰ? ਚੱਕ ਚਾਹ ਨਾ ਅੰਡੇ। ਬਹੁਤ ਅੱਛੇ, ਇਹ ਕੀ ਹੋਇਆ ਵੀ ਚਾਹ ਨਾਲ ਅੰਡੇ ਕੌਣ ਖਾਂਦਾ, ਮੈਨੂੰ ਦੱਸੇਂਗੀ? ਹਾਏ ਸਰ, ਸਾਰੇ ਚਾਹ ਨਾਲ ਹੀ ਖਾਂਦੇ ਆ ਅੰਡਿਆਂ ਨੂੰ। ਓਏ ਉਹ ਚਾਹ ਨਾ, ਤੂੰ ਕਿਹੜੀ ਚਾਹ ਕਹੀ ਆ, ਇਹ ਵਾਲੀ ਚਾਹ ਕਿ ਉਹ ਚਾਹ? ਵੈਸੇ ਤਾਂ ਮੈਂ ਉਹ ਵਾਲੀ ਚਾਹ ਕੇ ਹੈ ਜਿਹੜਾ। ਵਾਹ, ਤੇ ਪੁੱਤਰ ਉਹ ਵਾਲੀ ਚਾਹ ਲਈ ਮੇਰੇ ਕੋਲ ਸਿਰਫ ਇਹ ਹੈ ਕਿ ਉਸ ਚਾਹ ਕੀ ਚਾਹ ਕੋ ਹਮਕੋ ਚਾਹ ਨਹੀਂ ਹੈ, ਉਸ ਚਾਹ ਕੋ ਚਾਹ ਮੈਂ ਡਾਲ ਦੂੰ। ਸਮਝ ਆਈ ਤੈਨੂੰ? ਜਾ ਤੈਨੂੰ ਚਾਹ ਚੜੇ ਫਿਰ ਤੈਨੂੰ ਪਤਾ ਲੱਗੇ। ਓਏ ਕੀ ਤੂੰ ਹਰ ਰੋਜ਼ ਇੱਕ ਨਵਾਂ ਵਰਡ ਲੈ ਕੇ ਨਹੀਂ, ਅੱਜ ਕੀ ਚੱਕ ਚਾਹ ਨਾ ਅੰਡੇ? ਬਿਲਕੁਲ ਬੇਟਾ, ਸੜੀ ਹੋਈ ਚਾਹ ਵਰਗਾ ਮੂੰਹ ਆ ਤੇਰਾ, ਤਾਂ ਤੂੰ ਨਵੀਂ ਗੱਲ ਲੈ ਕੇ ਨਹੀਂ ਲੈ ਤੂੰ ਫੋਨ ਆਉਂਦੇ ਬਾਰੇ ਮੈਨੂੰ ਫੋਨ ਤੇ ਗੱਲ ਕਰਨ ਦੇ, ਰੁਕ ਜਾ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ, ਪਹਿਲੀ ਗੁਜ਼ਾਰਿਸ਼, ਟੀਵੀ ਦਾ ਵੋਲਿਊਮ ਜ਼ਰਾ ਘੱਟ ਤੇ ਏਸੀ ਥੋੜ੍ਹਾ ਵਧਾ ਦਿਓ। ਵਾਹ ਜੀ ਵਾਹ, ਇਹ ਮੈਂ ਮੇਰੀ ਗੱਲ ਤੇ ਯਕੀਨ ਨਹੀਂ ਆਇਆ, ਉਹਦੇ ਕੋਲ ਵੀ ਸੁਣਨੀ ਪਈ ਤੁਹਾਨੂੰ। ਠੀਕ ਹੈ ਜੀ। ਵਾਹ ਜੀ ਵਾਹ, ਮਤਲਬ ਉਹਦੀ ਗੱਲ ਤੇ ਯਕੀਨ ਆ, ਅਸੀਂ ਫਿਰ ਕੁਛ ਨਹੀਂ ਨਾ ਹੋਏ। ਨਹੀਂ ਜੀ, ਨਹੀਂ ਨਹੀਂ ਜੀ, ਉਹ ਕਹਿੰਦੇ ਨਹੀਂ ਨਹੀਂ ਤੁਸੀਂ ਕੁਛ ਨਹੀਂ। ਤੇ ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਗੁਰਮੁਖ ਸਿੰਘ ਹੈ ਜੀ। ਗੁਰਮੁਖ ਜੀ, ਗੁਰਮੁਖ ਜੀ ਕੀ ਹਾਲ ਚਾਲ ਨੇ, ਸਿਹਤਾਂ ਦਾ ਸੁਣਾਓ। ਸਿਹਤਾਂ ਠੀਕ ਹੈ ਜੀ, ਤੁਸੀਂ ਸੁਣਾਓ ਆਪਣਾ। ਬਸ ਮਹਾਰਾਜ, ਤੁਹਾਡਾ ਫੋਨ ਆ ਗਿਆ, ਤੁਹਾਨੂੰ ਲੱਗਦਾ ਸਾਨੂੰ ਕੁਝ ਹੋ ਸਕਦਾ? ਹਾਂਜੀ, ਉਹ ਜਿਹੜਾ ਸਾਡਾ ਛੋਟਾ ਵੀਰ ਆ, ਉਹ ਨੀ ਅੱਜ ਆਇਆ ਜੀ? ਛੋਟਾ ਵੀਰ ਕਿਹੜਾ? ਉਹ ਜਿਹੜਾ ਬਹੁਤਾ ਹੀ ਛੋਟਾ? ਹਾਂਜੀ ਹਾਂਜੀ ਹਾਂਜੀ, ਉਹ ਛੋਟਾ ਵੀਰ ਨੀ, ਉਹਨੂੰ ਛੋਟਾ ਤੀਰ ਕਿਹਾ ਕਰੋ, ਉਹ ਵੀਰ ਤੇ ਹੈ ਹੀ ਨੀ, ਉਹ ਤੀਰ ਜਿੰਨਾ ਦੇ ਹੈ, ਤੇ ਤੀਰ ਵੀ ਐਸਾ ਹਰ ਗੱਲ ਚੁੱਭਣ ਵਾਲੀ ਕਰਦਾ, ਉਹ ਬਦਤਮੀਜ਼। ਤੇ ਨਹੀਂ ਨਹੀਂ, ਉਹ ਤਾਂ ਜਾਣੀ ਉਹ ਸ਼ੁਭਲੇ ਦੀਆਂ ਬਥੇਰੀਆਂ ਗੱਲਾਂ ਕਰਦਾ ਜੀ, ਪਰ ਤੁਸੀਂ ਉਹਨੂੰ ਜਰਾ ਕੁ ਦਾਵਤ ਦਿੰਦੇ ਆ ਤਾਂ ਉਹ ਜਰਾ ਕੁ ਚੁੱਪ ਕਰ ਜਾਂਦਾ। ਤੁਹਾਨੂੰ ਲੱਗਦਾ ਨਹੀਂ ਅੱਛੀ ਗੱਲ ਹੈ? ਨਹੀਂ ਤੇ ਇੱਕ ਕ੍ਰਿਮੀਨਲ ਜਿਹੜਾ ਬੰਦਾ ਆ, ਉਹ ਅਫਸਰ ਦੇ ਅੱਗੇ ਬਦਤਮੀਜ਼ੀ ਕਰ ਰਿਹਾ, ਜੇ ਉਹਨੂੰ ਮੈਂ ਛੂਟ ਦੇਤੀ ਉਹ ਤੇ ਫਿਰ ਮੈਨੂੰ ਕਿਸੇ ਦਿਨ ਇੱਥੋਂ ਉਠਾ ਕੇ ਕਹੇਗਾ ਮੈਂ ਬਹਿਣਾ ਇੱਥੇ, ਫਿਰ ਕੀ ਕਰਾਂਗੇ? ਪਰਮਾਤਮਾ ਨੇ ਇਹਨੂੰ ਅੰਦਰ ਰੱਖਿਆ ਕਿ ਅੰਦਰ ਹੀ ਰਵੇ ਤੇ ਬਾਹਰ ਤੇ ਬਾਹਰੋਂ ਬਾਹਰ ਸਪੋਰਟ ਕਰੀ ਜਾਣ। ਸਰ ਵੈਸੇ ਇੱਜ਼ਤ ਵੀ ਤੁਹਾਡੇ ਕਰਕੇ, ਜੇ ਬਾਹਰ ਵਾਲੇ ਬੰਦੇ ਅੰਦਰ ਹੁੰਦੇ ਨਾ ਫਿਰ ਅੰਦਰ ਬਾਹਰ ਹੋ ਜਾਣਾ ਸੀ ਉਹਨੇ, ਮੈਨੂੰ ਪਤਾ। ਪੁੱਤਰ ਉਧਰ ਗੱਲ ਕਰ, ਜਿਹੜੇ ਤੇਰੇ ਇੰਤਜ਼ਾਰ ਕਰ ਰਹੇ ਸੀ। ਕੌਣ ਕਰ ਰਿਹਾ ਜੀ? ਅੱਜ ਇਹਨਾਂ ਨੂੰ ਤੂੰ ਬਾਹਰੋਂ ਬਾਹਰ ਕਹਿੰਦਾ ਕਿ ਮੈਨੂੰ ਪਾਲੀ ਸਰ ਬੜੇ ਮਾਰਦੇ, ਮੈਨੂੰ ਬਚਾ ਲਿਆ ਕਰੋ। ਨਾ ਮੈਂ ਤਾਂ ਕਿਸੇ ਨੂੰ ਕਿਹਾ ਜੀ? ਤਾਈਓ ਤਾਂ ਪੁੱਤਰ ਫੋਨ ਆਉਂਦੇ, ਹਰ ਬੰਦਾ ਮੈਨੂੰ ਕਹਿੰਦਾ ਕਿ ਇਹਨੂੰ ਨਾ ਦਬਕਿਆ ਕਰੋ। ਨਾ ਜੀ, ਕੋਈ ਨੀ ਦਬਕਣਾ ਮੈਨੂੰ, ਕਿਸੇ ਦੀ ਹਿੰਮਤ ਹੈ ਨੀ ਕੋਈ ਮੈਨੂੰ ਦਬਕੇ। ਮੈਂ ਪਾਲੀ ਸਾਹਿਬ ਨੂੰ ਮੈਂ ਕਿਹਾ ਸੀਗਾ ਤਾਂ ਵੀ ਜਰਾ ਥੋੜਾ ਪਿਆਰ ਦੇ ਨਾਲ ਰੱਖੋ, ਪਰ ਫੇਰ ਵੀ ਮੈਂ ਥੋੜਾ ਬਿਜ਼ੀ ਹੁੰਦਾ, ਪਿਆਰ ਲਈ ਮੈਂ ਇਮਰਾਨ ਹਾਸ਼ਮੀ ਨੂੰ ਸੱਦ ਲੈਣਾ ਇਹਦੇ ਲਈ, ਉਹ ਕਰ ਲੇਗਾ ਆਪਣੇ ਹਿਸਾਬ ਨਾਲ, ਕਰ ਵੀ ਲੈਂਦਾ ਟੈਂਕੀਆਂ ਡੂੰਗੀਆਂ ਤੇ ਚੜ ਕੇ, ਇਹਨੂੰ ਉੱਤੇ ਲੈ ਜਾਏਗਾ ਕਿਤੇ। ਅੱਛਾ ਜੀ, ਠੀਕ ਹੈ ਜੀ। ਮੈਂ ਥੋੜਾ ਜਿਹਾ ਨਫ਼ਰਤ ਵਾਲਾ ਬੰਦਾ, ਮੇਰੇ 'ਚ ਪਿਆਰ ਘੱਟ ਹੈ। ਹਾਂ ਜੀ, ਇਹਨੂੰ ਦਿੰਨਾ ਜ਼ਾਹਿਰ ਫਿਲਮ 'ਚ ਰੋਲ ਮੈਂ। ਆ ਜਿਹੜਾ ਕੱਲ ਹਾਕੀ ਵਾਲਾ ਸਾ ਬੰਦਾ, ਕੌਣ ਆਇਆ ਸੀ? ਉਹ ਜਿਹੜਾ ਹਾਕੀ ਵਾਲਾ ਆਇਆ ਸੀ ਨਾ ਕੱਲ ਬੰਦਾ, ਉਹ ਵਾਕਫ ਹੈ ਤੁਹਾਡਾ? ਨਹੀਂ, ਵਾਕਫ ਤੇ ਨਹੀਂ ਹੈਗਾ, ਪਰ ਉਹਦੇ ਗਾਣੇ ਬਹੁਤ ਸੋਹਣੇ ਲੱਗਦੇ ਆ ਜੀ। ਬਸ ਦੇਖੋ, ਕੰਮ ਹਾਕੀ ਵਾਲਾ ਤੇ ਗਾਉਂਦਾ ਆ ਉਦਾਂ, ਪਰ
ਦੇਖੋ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਉਲਟੇ ਸਿੱਧੇ ਕੰਮ ਕਰਦੇ ਲੋਕ ਤੇ ਕੋਈ ਯਕੀਨ ਨਹੀਂ ਕਰਨਾ ਚਾਹੀਦਾ ਅੱਜ ਕੱਲ੍ਹ ਲੋਕਾਂ ਨੂੰ। ਉਹ ਤਾਂ ਬਾਲੀ ਜੀ ਠੀਕ ਜਿੱਥੋਂ ਤੱਕ ਕੁੜੀ ਦੀ ਆਵਾਜ਼ ਰਵੇ ਇਹ ਨਾ ਹੋਵੇ ਅੰਦਰੋਂ ਤੇਰਾ ਭਰਾ ਨਿਕਲ ਆਵੇ ਗਾਉਣ ਲਈ। ਮੈਡਮ ਤਾਂ ਭਿੰਡੀਆਂ ਵੇਚਦੇ ਹੋਣੇ ਆ। ਮੈਡਮ ਤਾਂ ਭਿੰਡੀਆਂ ਵੇਚਦੇ ਹੋਣੇ ਆ। ਉਹ ਕੀ ਵਜ੍ਹਾ? ਮਤਲਬ ਮੈਡਮ ਜਿਹੜੀ ਭਿੰਡੀ ਚੋਂ ਜਾਂਦੀ ਉਹ ਮੇਰੀ ਸ਼ਕਲ ਮੈਡਮ ਦੀ ਹੈ ਜੀ। ਮੈਨੂੰ ਨਾ ਜ਼ਿਆਦਾ ਗੱਲ ਨਹੀਂ ਕਰਨੀ ਜੂਨੀਅਰ, ਤੂੰ ਚੱਕ ਚਾਹ ਜਿੰਨੀ ਕਰਨੀ ਉਨੀ ਦੱਸ ਦੇ, ਜ਼ਿਆਦਾ ਨਹੀਂ ਕਰਨੀ ਤੇ। ਬਸ ਇੰਨੇ ਕਹਿਣਾ ਮੈਨੂੰ ਤੂੰ ਚੱਕ ਚਾਹ ਨਾ ਅੰਡੇ ਲੈ ਬਈ ਚੱਕ ਲੈ। ਇੰਨੇ ਕੀ ਆਂਡਾ ਚੱਕਣਾ, ਉਹਦੇ ਆਪ ਕਿਸੇ ਡਾਇਨਾਸੌਰ ਦਾ ਆਂਡਾ ਲੱਗਦਾ। ਚੱਕ ਚਾਹ ਨਾ ਆਂਡਾ ਲਿਆਓ, ਚਾਹ ਆਂਡਾ ਚੱਕੀ ਹੋਈ। ਸਾਰੀ ਗੱਲ ਤਾਂ ਤੁਹਾਨੂੰ ਮੈਂ ਜਦ ਵੀ ਜੂਨ ਆਉਂਦਾ ਨਾ ਮੈਂ ਤੇ ਲਾਈਨ ਮਾਰਦਾ। ਪਹਿਲੀ ਗੱਲ ਤਾਂ ਓਏ ਜੀ, ਤੈਨੂੰ ਸ਼ਰਮ ਨਹੀਂ ਆਉਂਦੀ? ਕਿਉਂ ਕਿਉਂ ਜੀ? ਉਹ ਤੂੰ ਲੈਣਾ ਮਾਰਨਾ ਹੈ ਤੇ ਲੈਣ ਕਿਵੇਂ ਵੱਜਦੀ ਜੀ? ਪੁੱਤਰ ਮਾਰਨੀ ਕੋਈ ਇੱਟ ਮਾਰ, ਤੂੰ ਲੈਣਾ ਮਾਰਨਾ ਤਾਂ ਇੰਜ ਵੱਜਦੀ ਹੈ ਜੀ। ਹਾਂ ਮੈਂ ਕਦੋਂ ਮਾਰੀ ਬੇਟਾ? ਮੈਨੂੰ ਤੇ ਤੁਸੀਂ ਇੱਦਾਂ ਕਰੋ ਫਿਰ ਜੇ ਨਹੀਂ ਨਿਕਲਦੀ ਨਾ ਆਪਣੇ ਕਿਸੇ ਯਾਰ ਦੋਸਤ ਨੂੰ ਕਹਿ ਮੇਰੇ ਮੂੰਹ ਚ ਫਿਸ਼ਿੰਗ ਕਰਨ ਆ ਜਾ, ਫਿਰ ਉਹ ਕੁੰਡੀ ਘਾਟੀ ਪੈ ਗਿਆ ਫਿਰ ਨਿਕਲੇ। ਬੜੇ ਕੰਮ ਦੀ ਗੱਲ ਹੈ, ਤੁਸੀਂ ਆਪਣੇ ਦਿਲ ਚ ਰੱਖਣਾ। ਆ ਦੇਖ ਹੌਲੀ ਹੌਲੀ ਠੀਕ ਹੋਏ ਨਾਲ ਕਿੰਨੇ ਆਪਣੇ ਛੋਟੇ ਨਵੇਂ ਆ ਰਹੇ ਨੇ। ਸਭ ਨੂੰ ਦੋ ਦੋ ਮਿੰਟ ਦਾ ਟਾਈਮ ਦਿਓ, ਕੋਈ ਇਹਨੂੰ ਫੋਨ ਫੜ ਲੈਂਦੇ ਫੋਨ ਛੱਡਣਾ ਆ ਨਹੀਂ ਲੈਂਦੇ। ਪਲੀਜ਼ ਮੇਰੇ ਸਭ ਨੂੰ ਹੱਥ ਜੋੜ ਕੇ ਬੇਨਤੀ ਵੀ ਟਾਈਮ 2 ਮਿੰਟ ਹੀ ਲਾਓ ਤੇ ਤਾਂ ਕਿ ਸਾਰੇ ਸਾਰੇ ਨਵੇਂ ਕੋਲਰ ਵੀ ਆਣ। ਓਕੇ ਪਾਲੀ ਜੀ, ਸਤਿ ਸ੍ਰੀ ਅਕਾਲ। ਵਾਜੀ ਲੈ ਅੱਜ ਲਵ ਯੂ ਨਾ ਕੋਈ ਗੱਲ ਨਹੀਂ, ਬਸ ਗੱਲ ਹੀ ਮੰਨਦੀ ਜੀ ਜਿਹੜੀ ਚੀਜ਼ ਮੰਨੇ ਨਾ ਉਹਨੂੰ ਫਾਇਦਾ ਕੀ ਕਰਨ ਦਾ ਫਾਇਦਾ। ਬਾਰ ਬਾਰ ਕਹਿੰਦੇ ਕੋਈ ਕਿਹਾ ਮੈਂ ਵਿਆਹ ਕਰਾ ਲੈ, ਆਪਣੀਆਂ ਡਿਮਾਂਡਾਂ ਵੀ ਤਾਂ ਦੇਖੋ ਨਾ ਕਿਹੜੀਆਂ ਜਿਹੜੀਆਂ ਮੰਨਣ ਵਾਲੀਆਂ ਨਹੀਂ। ਲੈ ਕੇ ਦਵਾਂਗਾ ਉਹਨਾਂ ਨੂੰ, ਮੰਨਦੀ ਨਹੀਂ ਗੱਲ ਨਹੀਂ। ਚਲੋ ਇਹ ਤਾਂ ਤੁਸੀਂ ਹੁਣ ਕੁਛ ਗਿਫਟ ਗੁਫਟ ਦਿਓਗੇ ਇਹਨੂੰ ਤੇ ਤਾਂ ਹੀ ਮੰਨੇਗੀ। ਤੁਸੀਂ ਦਹੇਜ ਵਿੱਚ ਕੀ ਲੈ ਕੇ ਆਓਗੇ ਪਹਿਲੇ ਦੱਸੋ? ਹੈ ਸੋਨੇ ਦੀ ਚੂੜੀ ਲੈ ਲਾਂਗਾ। ਉਹ ਸੋਨੇ ਸੋਨੇ ਦੀਆਂ ਚੂੜੀਆਂ ਫਿਰ ਇੰਨੇ ਮਹਿੰਗੇ ਗਿਫਟਾਂ ਨਾਲ ਨਹੀਂ ਮੰਨਦੀਆਂ। ਇਹਨਾਂ ਨੂੰ ਚਾਹੀਦਾ ਕੋਈ ਜੂਠਾ ਬਰਗਰ, ਕੋਈ ਸੜਿਆ ਟਮਾਟਰ, ਉਹਦੇ ਨਾਲ ਝੱਟ ਮੰਨ ਜਾਂਦੀਆਂ। ਤੇ ਤੁਸੀਂ ਤੇ ਮੇਰੇ ਬਾਰੇ ਸਭ ਕੁਝ ਜਾਣਦੇ ਹੋ ਨਾ ਜਿਵੇਂ। ਹਾਂਜੀ 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 ਤੇ ਕੋਈ ਗੱਲ ਨਹੀਂ, ਬਿਲਕੁਲ ਟਮਾਟਰ ਵਰਗਾ ਜਾਂ ਟਮਾਟਰ ਕੋਲ ਨਾ ਲਾਲ ਸੁਰਖ ਹੁੰਦਾ ਐਦਾਂ ਮੂੰਹ ਆ ਚੜੀਦਾ। ਵਾਹ, ਤੁਹਾਡਾ ਧਿਆਨ ਮੂੰਹ ਵੱਲ ਹੀ ਹੈ, ਮੈਂ ਦੇਖਿਆ ਉਦੋਂ ਦਾ। ਮਤਲਬ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਤੁਸੀਂ ਗੱਲ ਕਰਦੇ ਹੋ ਇੰਨੇ ਗੌਰ ਨਾਲ, ਕਿਹੜਾ ਬੰਦਾ ਨੋਟ ਕਰਦਾ ਯਾਰ ਮੂੰਹ ਟਮਾਟਰ ਵਰਗਾ, ਇਹਨੂੰ ਕੋ ਹਾਂ ਕਰਦੇ ਇਹਨੂੰ ਇੰਨਾ, ਮਤਲਬ ਬੜਾ ਵੀ ਕਮਾਲ ਦਾ ਟਾਈਮ ਚੱਕਿਆ ਹੋਇਆ ਸਰ। ਤੁਸੀਂ ਜੈਲਸ ਨਾ ਹੋ, ਤੁਸੀਂ ਥੋੜਾ ਜਿਹਾ ਆ ਗਰਮੀ ਲੱਗਣ ਡਈ ਬਹੁਤ ਜ਼ਿਆਦਾ। ਏਸੀ ਲਵਾਇਆ ਜੀ ਘਰ ਤੇ? ਲਵਾਇਆ ਕਿ ਨਹੀਂ ਲਵਾਇਆ? ਮੈਂ ਕੋਈ ਵਧਾ ਦਿਓ ਕੋਈ ਜਣਾ ਜਾ ਕੇ। ਇਹ ਤੁਸੀਂ ਸਿਰ ਫਿਟ ਕਰਵਾਇਆ ਸੀਗਾ ਜਦੋਂ ਪਿਛਲੀ ਵਾਰ ਅਸੀਂ ਖਰਾਬ ਹੋ ਗਿਆ ਸੀ? ਤੁਹਾਨੂੰ ਪਿਛਲੀ ਗੱਲ ਕਿਵੇਂ ਪਤਾ ਜੀ? ਪਿਛਲੀਆਂ ਗੱਲਾਂ ਕਰਦੇ ਆ ਇਹਨਾਂ। ਪੁੱਤਰ ਪਿਛਲੀ ਸੁਣ ਕੇ ਆਇਆ, ਉਹਨੂੰ ਪਤਾ ਨਹੀਂ ਅੱਗੋਂ ਅਗਲੀ ਚੱਕਣੀ ਕਿੱਥੋਂ ਆ, ਪਿਛਲੀ ਥੋੜੀ ਦੱਸਣੀ ਪੈਂਦੀ ਹੈ। ਅੱਛਾ ਕਹਿੰਦਾ ਤੁਹਾਨੂੰ ਪਿਛਲੀ ਕਦੋਂ ਪਤਾ? ਤੁਸੀਂ ਤਾਂ ਹਫ਼ਤਾ ਹੋਇਆ ਇਹ। ਦਿਓ ਜਵਾਬ। ਤੈਨੂੰ ਮੈਂ ਇੱਕ ਵੀ ਗੱਲ ਕਹਿਣਾ ਚਾਹੁੰਦੀ ਹਾਂ, ਪਤਾ ਤੈਨੂੰ ਕੀ ਕਹਿਣਾ ਚਾਹੁੰਦੀ ਮੈਂ? ਚਾਹ ਨਾਲ ਆਂਡਾ ਨਹੀਂ, ਉਹਦੇ ਅੱਗੇ ਵੀ ਕੁਝ ਲਾਣਾ ਹੁੰਦਾ ਨਾ ਕਦੀ ਕਦੀ। ਕੀ ਲਾਈਏ? ਜਿਵੇਂ ਘਰ ਹੋਣਾ ਚਾਹੀਦਾ, ਘਰ ਚ ਹੋਣੀ ਚਾਹੀਦੀ ਹੈ ਭਾਂਡੇ, ਚੱਕ ਚਾਹ ਨਾ ਆਂਡੇ। ਲੈ ਚੱਕ, ਹੁਣ ਹੀ ਚੱਕ ਲੈ। ਤੇ ਚੱਕ ਕਿੱਥੋਂ ਲੈ? ਕੋਈ ਆਂਡਾ ਹੋਊਗਾ ਤਾਂ ਹੀ ਚੱਕੂਗਾ ਜੀ। ਪੁੱਤਰ ਪਹਿਲੇ ਦੁਕਾਨਾਂ ਤੋਂ ਰਾਸ਼ਨ ਚੁੱਕਦਾ ਹੁੰਦਾ ਸੀ, ਹੁਣ ਆਂਡੇ ਚੱਕ ਲੈ, ਇਹ ਚ ਕੀ ਟੈਨਸ਼ਨ ਹੈ ਤੈਨੂੰ? ਜਨਾਬ ਸਿੰਦਾ ਜੀ ਆਏ ਨੇ। ਵਾਹ ਜੀ ਵਾਹ, ਇਹ ਆਏ ਕਿਉਂ ਨੇ? ਦੁਨੀਆ ਤੇ ਇਹੀ ਸਭ ਤੋਂ ਵੱਡੀ ਪ੍ਰੋਬਲਮ ਹੈ। ਹਾਂਜੀ ਬਕੋ ਜਨਾਬ, ਪਹਿਲਾਂ ਤਾਂ ਜੈ ਹਿੰਦ। ਜੈ ਹਿੰਦ ਜੈ ਹਿੰਦ। ਤੇ ਮੈਨੂੰ ਚਾਬੀ ਦਿਓ ਜੀ। ਵਾਹ ਜੀ ਵਾਹ, ਚਾਬੀ ਤੇ ਚੱਲਣ ਲੱਗ ਗਏ? ਨਹੀਂ ਨਹੀਂ, ਹਾਂ ਮੈਨੂੰ ਚਾਬੀ ਤਾਂ ਮੈਂ ਚੱਕ ਲੈਣਾ, ਆਂਡੇ ਤੁਸੀਂ ਬੀਜੀ ਹੋਵੋਗੇ। ਵਾਹ ਜੀ ਵਾਹ, ਤੇ ਪੁੱਤਰ ਚਾਬੀ ਦੇ ਆਂਡੇ ਕਿਉਂ ਚੱਕਣੇ? ਆਂਡੇ ਦੇ ਬਾਹਰ ਲੱਗੇ ਗਲੀ 'ਚ? ਇੱਥੋਂ ਨਹੀਂ ਜੀ, ਜਿੱਥੇ ਆ ਮੈਡਮ ਕਹਿਣ ਦੀ ਹੈ ਚੱਕ ਆਂਡੇ। ਬੇਟਾ ਫਟੇ ਆਂਡੇ ਵਰਗਾ ਮੂੰਹ ਆ ਤੇਰਾ, ਜਦੋਂ ਆਂਡੇ ਵੱਲੋਂ ਇੱਕ ਦੋ ਫਟ ਨਹੀਂ ਜਾਂਦੇ ਵਿੱਚੋਂ ਤੇ ਚੱਕ ਜੀ ਨਾਲ ਚਿੰਬੜ ਜਾਂਦੀ। ਹਾਂਜੀ ਹਾਂਜੀ, ਉਹ ਜਿਹੜੀ ਚੱਕ ਚਿੰਬੜਦੀ ਨੇ ਜਿਹੜੀ ਸ਼ੇਪ ਲੈਂਦੀ ਹੈ ਉਹਦੇ ਵਰਗਾ ਤੇਰਾ ਮੂੰਹ ਆ ਤੇ ਫਟੇ ਹੋਏ ਆਂਡੇ ਵਰਗਾ ਉਹਦਾ।